रोजाना लोकनाथ टीवी देख रहे हो तुसी इस वेले दी वड्डी खबर लैके हाजर हां कि पंजाब कांग्रेस दे प्रधान नवजोत सिंह सिद्धू दे वल्लों प्रधानगी तो अस्तीफा दे दिता गया ते हुण नवजोत सिंह सिद्धू जिहड़े आ ओह पंजाब कांग्रेस दे प्रधान नहीं रहे। दस दिए कि सोनिया गांधी दे वल्लों कल अस्तीफा मंगया गया सीगा पंज सूबियां दे प्रधानां दे कोलों, जिथे पिछले दिनी पंजाब दे नाल ही चार होर सूबियां दे विच पंजाब जिहड़ियां विधानसभा चोणां होईआं सी तां उत्थे कांग्रेस नूं करारी हार मिली सी। CWC दी मीटिंग होई, मीटिंग दे विच जिहड़ा अस्तीफा मंगिआ गिआ सीगा जिहड़े पंज कांग्रेस दे प्रधान ने, तां कल सुरजेवाला दे वल्लों इह ट्वीट करके जानकारी दित्ती गई सी कि सोनिया गांधी दे वल्लों पंजा कांग्रेस प्रधानां दे कोलों, पंजा सूबियां दे कांग्रेस प्रधानां दे कोलों जिहड़ा अस्तीफा मंग लिआ गिआ। तां कल उत्तराखंड दे जिहड़े प्रधान सीगे, उत्तराखंड कांग्रेस दे प्रधान, उन्हां दे वल्लों अस्तीफा दे दित्ता गया सी। तां हुण देखिआ जा रिहा सी कि नवजोत सिंह सिद्धू दे समेत बाकी जिहड़े प्रधान ने उह अस्तीफा कदों दिंदे ने। तां इस वेले दी वड्डी खबर है कि नवजोत सिंह सिद्धू होरां दे वल्लों अस्तीफा दे दित्ता गया ते अस्तीफा देण समें सिर्फ और सिर्फ नवजोत सिंह सिद्धू इन्ना ही बोले कि मैं कांग्रेस प्रधान दी इच्छा दे अनुसार अपना जिहड़ा अस्तीफा भेज दित्ता है। ते उन्हां ने ਉਹਦੇ ਵਿੱਚ ਸਿਰਫ ਇੰਨੀ ਗੱਲ ਲਿਖੀ ਹੈ ਕਿ ਰਿਸਪੈਕਟਡ ਸੋਨੀਆ ਗਾਂਧੀ ਜੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ, ਤੇ ਉਹਨਾਂ ਨੂੰ ਦੱਸਿਆ ਕਿ ਮੈਂ ਆਪਣਾ ਅਸਤੀਫਾ ਜਿਹੜਾ ਭੇਜ ਰਿਹਾ। ਜ਼ਿਆਦਾ ਨਵਜੋਤ ਸਿੰਘ ਸਿੱਧੂ ਨੇ ਕੋਈ ਗੱਲ ਨਹੀਂ ਕੀਤੀ ਤੇ ਨਵਜੋਤ ਸਿੰਘ ਸਿੱਧੂ ਨੇ ਸਿਰਫ ਇੰਨੀ ਹੀ ਗੱਲ ਕਹਿ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ ਕਿ ਮੈਂ ਆਪਣਾ ਅਸਤੀਫਾ ਕਾਂਗਰਸ ਪ੍ਰਧਾਨ ਦੀ ਇੱਛਾ ਦੇ ਅਨੁਸਾਰ ਭੇਜ ਰਿਹਾ ਹਾਂ। ਤਾਂ ਵੱਡੀ ਖਬਰ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ ਰਹੇ ਤੇ ਹੁਣ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਗਿਆ ਸੋਨੀਆ ਗਾਂਧੀ ਦੇ ਵੱਲੋਂ। ਪੰਜਾਬ ਸਮੇਤ ਚਾਰ ਹੋਰ ਸੂਬਿਆਂ ਦੇ ਪ੍ਰਧਾਨਾਂ ਦੇ ਕੋਲੋਂ ਅਸਤੀਫਾ ਮੰਗਿਆ ਗਿਆ ਸੀ ਕਿਉਂਕਿ ਕਾਂਗਰਸ ਦੀ ਕਰਾਰੀ ਹਾਰ ਉਹਨਾਂ ਸੂਬਿਆਂ ਦੇ ਵਿੱਚ ਹੋਈ ਸੀ। ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਦਰ ਪੰਜਾਬ ਕਾਂਗਰਸ ਨੂੰ 77 ਸੀਟਾਂ ਦਿੱਤੀਆਂ ਗਈਆਂ ਸੀ ਪੰਜਾਬ ਦੇ ਲੋਕਾਂ ਦੇ ਵੱਲੋਂ, ਤਾਂ ਇਸ ਵਾਰ 18 ਸੀਟਾਂ ਹੀ ਤਕਰੀਬਨ ਜਿਹੜੀਆਂ ਸਿਰਫ ਔਰ ਸਿਰਫ 18 ਸੀਟਾਂ ਹੀ ਰਹਿ ਗਈਆਂ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪਹਿਲਾਂ ਸਾਫ਼ ਕਰ ਦਿੱਤਾ ਸੀ ਜਦੋਂ CM ਚਿਹਰੇ ਦੀ ਅਨਾਊਂਸਮੈਂਟ ਕੀਤੀ ਹੈ ਕਿ ਹੁਣ ਜਿਹੜਾ ਹਾਰ ਜਿੱਤ ਦਾ ਜ਼ਿੰਮੇਵਾਰ, ਹਾਰ ਜਿੱਤ ਦਾ ਸਿਹਰਾ ਜਿਹੜਾ CM ਚਿਹਰੇ ਦੇ ਉੱਪਰ ਹੀ ਹੋਊਗਾ, ਪਰ ਉਸ ਹਾਰ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਉੱਪਰ ਜਿਹੜੀ ਹੈ ਉਹ ਗਾਜ ਡਿੱਗੀ ਹੈ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਵੱਲੋਂ ਪੰਜਾਂ ਸੂਬਿਆਂ ਦੇ ਪ੍ਰਧਾਨਾਂ ਦੇ ਕੋਲੋਂ ਅਸਤੀਫਾ ਜਿਹੜਾ ਉਹ ਮੰਗਿਆ ਗਿਆ ਸੀ। ਤਾਂ ਹੁਣ ਸੋਨੀਆ ਗਾਂਧੀ ਨੂੰ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਜਿਹੜਾ ਉਹ ਭੇਜ ਦਿੱਤਾ ਹੈ। ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿਰਫ ਔਰ ਸਿਰਫ ਨਵਜੋਤ ਸਿੰਘ ਸਿੱਧੂ ਇੰਨਾ ਹੀ ਬੋਲੇ ਕਿ ਮੈਂ ਕਾਂਗਰਸ ਪ੍ਰਧਾਨ ਦੀ ਇੱਛਾ ਦੇ ਅਨੁਸਾਰ ਅਸਤੀਫਾ ਭੇਜ ਦਿੱਤਾ ਹੈ। ਤਾਂ ਉਹਦੇ ਵਿੱਚ ਵੀ ਸਿਰਫ ਇੰਨਾ ਹੀ ਲਿਖਿਆ ਕਿ ਟੂ ਦਾ ਪ੍ਰੈਜ਼ੀਡੈਂਟ ਆਲ ਇੰਡੀਆ ਕਾਂਗਰਸ ਕਮੇਟੀ ਰਿਸਪੈਕਟਡ ਮੈਡਮ ਆਈ ਹਰਬੀ ਰਿਜ਼ਾਈਨ ਐਜ਼ ਪ੍ਰੈਜ਼ੀਡੈਂਟ PPC ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲਿਖ ਕੇ ਭੇਜਿਆ। ਹਾਲਾਂਕਿ ਇਸ ਵਾਲੇ ਪਾਸੇ ਬੜੀ ਚਰਚਾ ਸੀਗੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਅਸਤੀਫੇ ਦੇ ਵਿੱਚ ਲਿਖਦੇ ਕੀ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਸਿੱਧੂ ਤੋਂ ਅਸਤੀਫਾ ਮੰਗਿਆ ਗਿਆ, ਤਾਂ ਇਸ ਐਕਸ਼ਨ ਦੇ ਰਿਐਕਸ਼ਨ ਕੀ ਹੋਊਗਾ, ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕੀ ਕੁਝ ਬੋਲਣਗੇ, ਕੀ ਕੁਝ ਕਹਿਣਗੇ, ਅਸਤੀਫੇ ਦੇ ਵਿੱਚ ਕੀ ਕੁਝ ਲਿਖਦੇ ਨੇ, ਇਸ ਉੱਪਰ ਬੜੀਆਂ ਜਿਹੜੀਆਂ ਨਜ਼ਰਾਂ ਟਿੱਕੀਆਂ ਹੋਈਆਂ ਸੀ। ਪਰ ਨਵਜੋਤ ਸਿੰਘ ਸਿੱਧੂ ਨੇ ਕੁਝ ਵੀ ਜਿਹੜਾ ਨਹੀਂ ਲਿਖਿਆ, ਕੁਝ ਵੀ ਨਹੀਂ ਜ਼ਿਆਦਾ ਬੋਲੇ। ਉਹਦੇ ਵਿੱਚ ਸਿਰਫ ਉਹਨਾਂ ਨੇ ਇੰਨੀ ਹੀ ਗੱਲ ਲਿਖੀ ਹੈ ਕਿ ਰਿਸਪੈਕਟਡ ਮੈਡਮ ਆਈ ਹਰਬੀ ਮਾਈ ਰਿਜ਼ਾਈਨ, ਅਸਤੀਫਾ ਜਿਹੜਾ ਉਹਨਾਂ ਨੇ ਲਿਖ ਦਿੱਤਾ ਹੈ ਉਹਦੇ ਵਿੱਚ। ਔਰ ਬਹੁਤੀਆਂ ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਨੇ ਨਹੀਂ ਲਿਖੀਆਂ, ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਸਿਰਫ ਔਰ ਸਿਰਫ ਇੰਨੀ ਹੀ ਗੱਲ ਕਹੀ ਹੈ ਕਿ ਮੈਂ ਕਾਂਗਰਸ ਪ੍ਰਧਾਨ ਦੀ ਇੱਛਾ ਦੇ ਅਨੁਸਾਰ ਆਪਣਾ ਅਸਤੀਫਾ ਜਿਹੜਾ ਉਹ ਭੇਜ ਦਿੱਤਾ ਹੈ। ਤਾਂ ਕਾਂਗਰਸ ਦੇ ਵਿੱਚ ਵੱਡਾ ਖਲਲ, ਵੱਡਾ ਕਲੇਸ਼ ਛਿੜਿਆ ਹੋਇਆ ਦਿਖਾਈ ਦਿੱਤਾ ਹੈ। ਕੱਲ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੀ ਕਾਂਗਰਸ ਦੇ ਕੁਝ ਬਾਗੀ ਜਾਂ ਕਹਿ ਲਈਏ ਕਿ ਬਾਗੀ ਸੁਰਾ ਜਿਹੜੀਆਂ ਉੱਠੀਆਂ ਸੀਗੀਆਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਤਾਂ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਜਾਖੜ ਨੂੰ ਵੀ ਹਾਰ ਦਾ ਜ਼ਿੰਮੇਵਾਰ ਦੱਸਿਆ ਗਿਆ ਸੀਗਾ। ਤਾਂ ਹੁਣ ਨਵਜੋਤ ਸਿੰਘ ਸਿੱਧੂ ਦੇ ਕੋਲੋਂ ਜਿਹੜਾ ਅਸਤੀਫਾ ਮੰਗ ਲਿਆ ਗਿਆ ਸੀ ਉਸ ਤੋਂ ਬਾਅਦ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਜਿਹੜਾ ਭੇਜ ਦਿੱਤਾ ਹੈ। ਦੱਸ ਦਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿਹੜੀਆਂ ਸੀਟਾਂ ਸੀਗੀਆਂ ਕਾਂਗਰਸ ਦੇ ਹਿੱਸੇ ਆਈਆਂ, ਉਹ 77 ਸੀਟਾਂ ਹਿੱਸੇ ਕਾਂਗਰਸ ਦੇ ਆਈਆਂ ਸੀ, ਪਰ ਹੁਣ ਸਿਰਫ ਔਰ ਸਿਰਫ 2022 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਹੱਥ 18 ਸੀਟਾਂ ਲੱਗੀਆਂ।
सिर्फ और सिर्फ पंजाब दे विच ही नहीं सगों दी बाकी चार होर सूबिआं दे विच जिने कि उत्तराखंड मणिपुर गोवा ते यूपी दे विच भी कांग्रेस नूं जिहड़ी करारी हार दा सामना करना पिया तां उत्ते ही इस करारी हारां तों बाद सोनिया गांधी दे वल्लों जिहड़ा अस्तीफा मंग लिया गया सी चार पंजे कांग्रेस प्रधानां दा तां रात उत्तराखंड दे प्रधान दे वल्लों तां अस्तीफा जिहड़ा उह दे दित्ता गया सी ते नवजोत सिंह सिद्धू होरां दे वल्लों अस्तीफा जिहड़ा हुण भेज दिता गया नजरा सी कि नवजोत सिंह सिद्धू अपने अस्तीफे दे विच बोलदे की ने नवजोत सिंह सिद्धू जिहड़े अपने अस्तीफे दे विच कुछ ज्यादा नहीं बोले सिर्फ और सिर्फ उन्होंने दसिया कि मैं कांग्रेस प्रधान की इच्छा दे अनुसार अपना अस्तीफा जिहड़ा ओह कांग्रेस प्रधान नूं भेज दिता है तां उधर हुण सवाल कांग्रेस की हाईकमान के उपर भी उठने लाजमी हो गए ने तां उधर G23 धड़ा जिहड़ा है ओह भी हाईकमान के खिलाफ लगातार बगावत करता नजर आ रहा है क्योंकि वह कह रहे हैं कि जेकर सूबे के प्रधान जिहड़े वह हार दे लई जिम्मेवार ने तो हर सूबे दे विच एक तो बाद एक हो रही हार की जिम्मेवार जिहड़ी है वह हाईकमान है वह सोनिया गांधी दा गांधी परिवार है तो उन्होंने भी अस्तीफा जिहड़ा दे देना चाहिए तो उते ही सोचण वाली गल जरूर है कि जे उत्तराखंड दे हार दे लई उत्तराखंड कांग्रेस का प्रधान जिम्मेवार है मणिपुर दे विच होई हार दे लई मणिपुर कांग्रेस का प्रधान जिम्मेवार है गोवा दी कांग्रेस हार दे पिछे गोवा कांग्रेस का प्रधान जिम्मेवार है ये यूपी ते पंजाब दी हार दे लई यूपी अते कांग्रेस के प्रधान जिहड़े जिम्मेवार ने नवजोत सिंह सिद्धू ते यूपी कांग्रेस के प्रधान जिम्मेवार ने ता फिर हाई कमान इन्हां हारां लई जिम्मेवार क्यों नहीं है क्योंकि यह कोई पहला मौका नहीं है कि कांग्रेस नूं इह सूबिआं दे विच हार होई होवे सिर्फ और सिर्फ दो सूबे कांग्रेस दे बचे ने जिथे कांग्रेस की सरकार है जिथे कि तुहानूं दस दईए कि छत्तीसगढ़ अते राजस्थान दे विच ही जिहड़ी कांग्रेस की सरकार है ते उत्थे भी स्थितियां बहुतियां सुखावियां नहीं ने सचिन पायलट का एक वक्रा धड़ा है अशोक गहलोत का एक वक्रा धड़ा है तो उत्थे भी लगता यही है कि उत्थे भी आउण वालियां जिहड़ियां विधानसभा दीआं चोणां ने उत्थे भी हालात कांग्रेस पक्षी नहीं रह सकते जो उत्थे दे हालात बने हुए ने तो उन्हां हालातां लई जिम्मेवार कौन है कांग्रेस की लीडरशिप नूं ठहराया जा रहा है तो उत्थे G23 धड़ा जिहड़ा उह लगातार जिहड़ा हाईकमान के खिलाफ बगावत करी बैठा तो उन्होंने साफ तौर पर यह गल कही है कि जेकर सूबिआं दीआं होईआं हारां दे लई कांग्रेस प्रधान सूबिआं दे कांग्रेस प्रधान जिम्मेवार ने तो हर सूबे दे विच हो रही एक तो बाद एक हार दे लई जिम्मेवार हाईकमान क्यों नहीं है उन्होंने भी जिहड़ा अस्तीफा दे देना चाहिए तो इस गल तो बाद लगातार जिहड़ी बगावत उठ रही है तो फिलहाल दे लई वड्डी खबर यही है कि कल जिहड़ा CWC की मीटिंग तो बाद पंजाब कांग्रेस की मीटिंग तो बाद जिहड़ी सोनिया गांधी दे वल्लों अस्तीफा मंग लिया गया सी पंजाब सूबिआं दे प्रधानां दे कोलों जिहड़े रणदीप सुरजेवाला ने उन्होंने वालों ट्वीट करके जिहड़ी जानकारी सांझी की गई सी तां बीती रात उत्तराखंड दे प्रधान दे वल्लों तां रात ही जिहड़ा अस्तीफा दे दिता गया सी पर नवजोत सिंह सिद्धू होरां दे वल्लों अज जिहड़ा अस्तीफा दे दिता गया नवजोत सिंह सिद्धू ने बहुता कुछ नहीं बोलिया तां अस्तीफे दे विच सिर्फ इन्ना ही लिखिया कि रिस्पैक्टड मैडम मैं अपना अस्तीफा भेज रहा हाँ तां कैप्शन दे विच ट्विटर दे उपर सिर्फ उन्होंने इन्नी गल कही है कि कांग्रेस प्रधान की इच्छा के अनुसार मैं पंजाब कांग्रेस की प्रधानगी तो अपना अस्तीफा जिहड़ा उह भेज रहा हाँ ते होर वड्डियां खबर दे लई ताजा अपडेट दे लई तुसीं जुड़े रहो रोजाना लोक नाटी वी दे नाल धन्नवाद।